ਗੁਰਦਾਸਪੁਰ ਦੇ ਜੇ ਪਿੰਡਾਂ ਦੀ ਗੱਲ ਕਰੀਏ ਪੁਰਾਣੇ ਛਾਲੇ ਦੇ ਵਿੱਚ ਬਿਆਸ ਦਰਿਆ ਦੇ ਨਾਲ ਮਾਰ ਹੇਠ ਆਏ ਨੇ ਪਿੰਡ ਔਰ ਮੇਰੇ ਨਾਲ ਦੇ ਡੀਸੀ ਗੁਰਦਾਸਪੁਰ ਜਿਹੜੇ ਕੱਲ ਤੋਂ ਹੀ ਰੈਸਕਿਊ ਆਪਰੇਸ਼ਨਸ ਜਾਂ ਜਿਹੜੇ ਇੱਥੋਂ ਦੇ ਜਾਇਜ਼ਾ ਲੈ ਰਹੇ ਨੇ ਡੀ ਸਭ ਤੁਸੀਂ ਰਾਤ ਵੀ ਸਾਰੀ ਨਾਈਟ ਡੋਮੀਨੇਸ਼ਨਸ 'ਤੇ ਰਹੇ ਹੁਣ ਮਾਰਨਿੰਗ ਤੋਂ ਵੀ ਉਹ ਰੈਸਕਿਊ ਚੱਲ ਰਿਹਾ ਨੇ ਜਦ ਤੱਕ ਕੀ ਸਿਚੁਏਸ਼ਨਸ ਕੀ ਨੇ ਦੇਖੋ ਜੀ ਅਸੀਂ ਇੱਥੇ ਪੁਰਾਣਾ ਛਾਲਾ ਸਕੂਲ ਦੇ ਵਿੱਚ ਖੜੇ ਹਾਂ ਇਹ ਸਾਡਾ ਰੈਸਕਿਊ ਐਂਡ ਰਿਲੀਫ ਸੈਂਟਰ ਹੈਗਾ ਜਿਵੇਂ ਕਿ ਮੈਂ ਦੱਸਿਆ ਵੀ ਸੀ ਕਿ ਕਾਫੀ ਸਾਡਾ ਜਿਹੜਾ ਇਹ ਏਰੀਆ ਇੱਥੇ ਪਾਣੀ ਆਇਆ ਹੋਇਆ ਹੈ ਪਰ ਹੁਣ ਜਿਹੜਾ ਡੈਮ ਵੱਲੋਂ ਪਾਸੋਂ ਪਾਣੀ ਜਿਹੜਾ ਕੱਟਿਆ ਹੈਗਾ ਅਤੇ ਸਾਨੂੰ ਉਮੀਦ ਹੈ ਸਥਿਤੀ ਜਿਹੜੀ ਬੈਟਰ ਹੋ ਜਾਣੀ ਹੈ ਸਾਡੀ ਸਾਰੀ ਟੀਮਾਂ ਪੁਲਿਸ ਦੀ ਟੀਮਾਂ SDRF NDRF ਆਰਮੀ BSF ਸਾਰੀ ਟੀਮਾਂ ਜਿਹੜੀਆਂ ਅਸੀਂ ਸੱਦ ਲਈਆਂ ਅਤੇ ਅਜੇ ਆਲਰੇਡੀ ਬਚਾਅ ਅਤੇ ਰਾਹਤ ਕਾਰਜ ਜਿਹੜਾ ਚੱਲ ਰਿਹਾ ਸਰ ਕਿੰਨੀ ਕੁ ਪਿੰਡ ਜਿਹੜੇ ਨੇ ਉਹਨਾਂ ਨੂੰ ਮਾਰ ਹੇਠ ਆਏ ਸਾਡੇ ਜਿਹੜੇ ਕ੍ਰਿਟੀਕਲੀ ਅਫੈਕਟਡ ਪਿੰਡ ਹੈ ਉਹ ਲਗਭਗ 8 ਕੁ ਪਿੰਡ ਹੈਗੇ ਜਿਹੜੇ ਕਿ ਮਾਰ ਆਏ ਆ ਬਟ ਓਵਰਆਲ ਜਿਹੜੇ ਪਿੰਡ ਜਿੱਥੇ ਪਾਣੀ ਆਇਆ ਹੈਗਾ ਉਹ ਕਾਫੀ 40-50 ਪਿੰਡਾਂ 'ਚ ਪਾਣੀ ਆਇਆ ਸਰ ਕੀ ਲੱਗਦਾ ਕਿ ਇਹ ਕਿੰਨਾ ਟਾਈਮ ਹੋਰ ਇਸ ਸਿਚੁਏਸ਼ਨ ਦੇ ਵਿੱਚ ਹੋਣਾ ਗਲਾ ਪਊਗਾ ਜਾਂ ਅੱਗੋਂ ਹੋਰ ਸਿਚੁਏਸ਼ਨ ਵਿਗੜਦੀਆਂ ਹੋਣਗੀਆਂ ਸਿਚੁਏਸ਼ਨ ਹੁਣ ਸਟੇਬਲ ਹੈ ਸ਼ਾਮ ਤੱਕ ਸੁਧਰੂਗੀ ਕਿਉਂਕਿ ਪਾਣੀ ਡੈਮ ਤੋਂ ਘਟਾ ਦਿੱਤਾ ਗਿਆ ਹੈਗਾ ਸੋ ਇੱਥੇ ਤੱਕ ਅਸਰ ਆਉਂਦੇ ਆਉਂਦੇ 7-8 ਘੰਟੇ ਸ਼ਾਮ ਤੱਕ ਦਾ ਟਾਈਮ ਲੱਗ ਸਕਦਾ ਉਸ ਤੋਂ ਬਾਅਦ ਸਥਿਤੀ ਜਿਹੜੀ ਬੈਟਰ ਹੀ ਹੋਣੀ ਹੈ ਪਰ ਜਿਹੜੇ ਪਿੰਡਾਂ 'ਚ ਸਪੈਸ਼ਲੀ ਜਿਹੜੇ ਤੁਸੀਂ ਤੋਂ ਉਰਾਂ ਪਿੰਡ ਹੈ ਉੱਥੇ ਜਿਹੜੇ ਪਾਣੀ ਆਇਆ ਹੈਗਾ ਉੱਥੇ ਹੋ ਸਕਦਾ 3-4 ਦਿਨ ਪਾਣੀ ਖੜਾ ਰਹੇ ਬਟ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪੂਰਾ ਜ਼ੋਰ ਲਾਊਗੀ ਕਿ ਜਿੱਥੇ ਪਾਣੀ ਆਇਆ ਉੱਥੇ ਆਪਣਾ ਰਾਹਤ ਕਾਰਜ ਵੀ ਚੱਲਦਾ ਰਹੇ ਅਤੇ ਪਾਣੀ ਵੀ ਅਸੀਂ ਕੋਸ਼ਿਸ਼ ਕਰਾਂਗੇ ਛੇਤੀ ਦੇ ਸੀਟ ਲੈ ਲਓ ਤੁਹਾਡੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਜਿਵੇਂ ਇਲਾਕੇ ਖਾਲੀ ਕਰ ਦਿੱਤੇ ਜਾਂਦੇ ਆ ਪਿੰਡ ਖਾਲੀ ਕਰ ਲੱਗਦਾ ਕਿ ਕੁਛ ਲੋਕਾਂ ਤੱਕ ਵੀ ਉਹ ਮੈਸੇਜ ਨਹੀਂ ਪਹੁੰਚਾਈ ਜਾਂ ਲੋਕ ਨਹੀਂ ਅਵੇਅਰ ਹੈਗੇ ਜਾਂ ਲੋਕ ਅਸੀਂ ਜੀ 13 ਅਗਸਤ ਤੋਂ ਜਿਹੜੇ ਪਿੰਡਾਂ 'ਚ ਅਨਾਊਂਸਮੈਂਟ ਕਰਾ ਰਹੇ ਸੀ ਕਿ ਬਿਆਸ 'ਚ ਪਾਣੀ ਵਧਣਾ ਅਤੇ ਤੁਸੀਂ ਜਿਹੜਾ ਆਪਣਾ ਹਾਇਰ ਰਿਜਿਸ 'ਤੇ ਚਲੇ ਜਾਓ ਕਾਫੀ ਲੋਕੀ ਗਏ ਵੀ ਲਗਭਗ 250-300 ਬੰਦਾ ਜਿਹੜਾ ਉੱਥੋਂ ਗਿਆ ਵੀ ਪਰ ਕਾਫੀ ਲੋਕੀ ਸੀਗੇ ਜਿਹੜੇ ਆਪਣੀ ਘਰਾਂ ਦੀ ਪਹਿਲੀ ਮੰਜ਼ਿਲ ਜਾਂ ਛੱਤਾਂ ਦੇ ਚਲੇ ਗਏ ਹੁਣ ਉਹਨਾਂ ਨੂੰ ਰੈਸਕਿਊ ਕਰਨ ਦੀ ਲੋੜ ਪੈ ਰਹੀ ਹੈ ਮੇਰੀ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਜਦੋਂ ਪ੍ਰਸ਼ਾਸਨ ਵੱਲੋਂ ਕੋਈ ਅਪੀਲ ਹੁੰਦੀ ਹੈ ਉਸਨੂੰ ਧਿਆਨ ਦੇ ਕੇ ਉਸ 'ਤੇ ਆਪਾਂ ਐਕਟ ਕਰੀਏ ਕਿਉਂਕਿ ਹੁਣ ਪਾਣੀ ਆਇਆ ਅਤੇ ਸਾਨੂੰ ਵੋਟਾਂ ਭੇਜ ਭੇਜ ਕੇ ਉਹੀ ਬੰਦਿਆਂ ਨੂੰ ਬਚਾਉਣਾ ਪੈ ਰਿਹਾ ਹੈਗਾ ਬਟ ਚਲੋ ਕੋਈ ਗੱਲ ਨਹੀਂ ਸਾਡਾ ਇਹ ਕਾਰਜ ਹੈਗਾ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਅਤੇ ਲੋਕਾਂ ਨੂੰ ਵੀ ਆਪਣਾ ਫਰਜ਼ ਸਮਝ ਕੇ ਅਪੀਲ 'ਤੇ ਐਕਟ ਕਰਨਾ ਚਾਹੀਦਾ ਜਿੱਦਾਂ ਜਿਵੇਂ ਡੀ ਸੀ ਗੁਰਦਾਸਪੁਰ ਨੇ ਦੱਸਿਆ ਕਿ ਜੇ ਗੱਲ ਕਰੀਏ ਤਾਂ 8 ਤੋਂ 10 ਜਿਹੜੇ ਪਿੰਡ ਨੇ ਜਿਹੜੇ ਕ੍ਰਿਟੀਕਲ ਕੰਡੀਸ਼ਨਸ ਦੇ ਨੇ ਔਰ ਜੇ ਇਫੈਕਟ ਗੱਲ ਕਰੀਏ ਤਾਂ ਇਸ ਏਰੀਏ ਪੁਰਾਣਾ ਛਾਲਾ ਏਰੀਏ ਦੇ ਵਿੱਚ ਜਿਹੜੇ 50 ਦੇ ਕਰੀਬ ਜਿਹੜੇ ਪਿੰਡ ਨੇ ਉਹ ਅਫੈਕਟਡ ਹੋਏ ਨੇ ਔਰ ਹੋਰ ਵੀ ਕੁਛ ਦਿਨਾਂ ਤੱਕ ਇਹ ਪਾਣੀ ਜਿਹੜਾ ਉਹ ਉੱਥੇ ਰਹਿਣ ਦੀ ਉਮੀਦ ਹੈ ਕਿ ਉੱਥੇ ਹੀ ਰਹੇਗਾ ਲੋਕਾਂ ਨੂੰ ਉੱਥੋਂ ਖਾਲੀ ਕਰਾਇਆ ਜਾ ਰਿਹਾ ਰਿਲੀਫ ਕੈਂਪ ਹੈ ਇੱਥੇ ਸਕੂਲ ਦੇ ਵਿੱਚ ਪੁਰਾਣਾ ਛਾਲਾ ਸਕੂਲ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਕ ਰਿਲੀਫ ਕੈਂਪ ਬਣਾਇਆ ਗਿਆ ਇਸੇ ਤਰ੍ਹਾਂ ਹੋਰ ਵੀ ਜਗ੍ਹਾ ਤੇ ਰਿਲੀਫ ਕੈਂਪ ਬਣਾਏ ਗਏ ਨੇ ਪੂਰੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਟੀਮਸ ਨੇ ਇੱਥੇ ਰਾਸ਼ਨ ਦਾ ਪ੍ਰਬੰਧ ਆ ਹੈਲਥ ਫੈਸਿਲਿਟੀਜ਼ ਐਂਬੂਲੈਂਸ ਲੱਗੀਆਂ ਔਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਨੂੰ ਨਿਪਟਣ ਲਈ ਗੁਰਦਾਸਪੁਰ ਦੇ ਪ੍ਰਸ਼ਾਸਨ ਦਾ ਕਹਿਣਾ ਕਿ ਉਹ ਪੂਰੀ ਤਰ੍ਹਾਂ ਤਿਆਰ ਹੈ ਔਰ ਜਿਹੜੇ ਵੱਖ ਵੱਖ ਜਿਹੜੇ ਅਧਿਕਾਰੀ ਨੇ ਵੱਖ ਵੱਖ ਚਾਹੇ ਉਹ ਡੀਸੀ ਗੁਰਦਾਸਪੁਰ ਖੁਦ ਇਸ ਰਿਲੀਫ ਕੈਂਪ ਦੇ ਵਿੱਚ ਆਪ ਅਵੇਲੇਬਲ ਨੇ ਉੱਥੇ ਹੀ ਦੂਸਰੇ ਵੀ ਅਧਿਕਾਰੀ ਦੇਖਣ ਨੂੰ ਮਿਲ ਰਹੇ ਨੇ ਔਰ ਜੇ ਤਸਵੀਰਾਂ 'ਚ ਆਪਾਂ ਗੱਲ ਕਰਾਂਗੇ ਕਿ ਕੁਛ ਲੋਕ ਵੀ ਜਿਹੜੇ ਉੱਥੋਂ ਵੈਕੂਏਟ ਕਰਕੇ ਲਿਆਉਂਦੇ ਗਏ ਨੇ ਜਿਹੜੇ ਉੱਥੋਂ ਬਚਾਅ ਕਰ ਰਹੇ ਨੇ ਉਹਨਾਂ ਨੂੰ ਵੀ ਇੱਥੇ ਠਹਿਰਾਇਆ ਗਿਆ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿੰਡ ਡੁੱਬੇ ਹੋਏ ਨੇ ਲੋਕ ਉੱਥੋਂ ਰੈਸਕਿਊ ਕੀਤੇ ਜਾ ਰਹੇ ਨੇ ਲੋਕ ਜਿਹੜੇ ਰੈਸਕਿਊ ਹੋ ਕੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕੀ ਹਾਲਾਤ ਨੇ ਪੈਂਦੀ ਕਿੱਥੋਂ ਹੋ ਕਿਹੜੇ ਪਿੰਡ ਤੋਂ ਅਸੀਂ ਟਾਂਡਾ ਪਿੰਡ ਕੀ ਹਾਲਾਤ ਕੀ ਨੇ ਹਾਲਾਤ ਇੰਨਾ ਮਾੜਾ ਆ ਤੁਸੀਂ ਪੁੱਛੋ ਨਾ ਤੁਸੀਂ ਜਿੰਨਾ ਹਾਲਾਤ ਸਾਡੇ ਪਿੰਡ ਦਾ ਮਾੜਾ ਆ ਬਹੁਤ ਮਾੜਾ ਆ ਡੁੱਬਿਆ ਪਿਆ ਸਾਰਾ ਪਿੰਡ ਕਿਤੇ ਇੰਚ ਜਗ੍ਹਾ ਨਹੀਂ ਜਿਹੜੀ ਖਾਲੀ ਆ ਘਰਾਂ 'ਚ ਪਾਣੀ ਇੰਤਾ ਫਿਰਨ ਦਾ ਅਸੀਂ ਤੇ ਚਾਹ ਪਾਣੀ ਬਿਲਕੁਲ ਕੁਛ ਨਹੀਂ ਸਵੇਰ ਦਾ ਬੱਚੇ ਵੀ ਦੇਖ ਲਓ ਸਾਡੇ ਨਾਲ ਨਾ ਘਰ ਬਾਹਰ ਛੱਡ ਆਇਓ ਛੱਡਣਾ ਹੀ ਆ ਘਰ ਬਾਹਰ ਛੱਡਣਾ ਹੁਣ ਜਾਣ ਲੈ ਕੇ ਆ ਗਏ ਆ ਘਰ ਬਾਹਰ ਛੱਡਣਾ ਹੀ ਆ ਕੀ ਕਰਨਾ ਜਾਣ ਤਾਂ ਹਜਾਨ ਹੈ ਇਹ ਤਾਂ ਸਨ 88 ਤੋਂ ਵੀ ਕੰਮ ਤਾਂ ਹੀ ਹੋ ਗਿਆ ਅੱਗੇ 88 ਦੀ ਗੱਲ ਤੁਸੀਂ ਕੀਤੀ 88 ਤੋਂ ਬਾਅਦ ਕਦੀ ਸੋਚਿਆ ਸੀ ਕਿ ਕਦੀ ਆਹੀ ਦਾ ਪੁੱਤ 65 ਸਾਲ ਮੇਰੀ ਉਹ ਇੰਨੀ ਉਮਰ ਹੋ ਗਈ ਹੈ ਤਾਂ ਅਸੀਂ ਇੰਨੀ ਜ਼ਿੰਦਗੀ 'ਚ ਕਦੀ ਸੋਚਿਆ ਉਦੋਂ ਵੀ ਅਸੀਂ ਕੱਚ ਕੱਚ ਪਾਣੀ ਟੱਪ ਕੇ ਆਏ ਸਾਡੇ ਬੱਚੇ ਛੋਟੇ ਛੋਟੇ ਹੈ 5-5 ਸਾਲ ਦੇ ਬੰਦੇ ਸਾਡੇ ਦਰਖਤਾਂ ਤੇ ਚੜ ਗਏ ਤੇ ਅਸੀਂ ਕੱਚ ਕੱਚ ਪਾਣੀ ਟੱਪ ਕੇ ਤੇ ਛਾਲਿਆਂ ਇੱਥੇ ਰਹਿੰਦੀਆਂ ਹੀ ਆ ਤੇ ਉਹ ਟਾਈਮ ਹੱਜ ਆ ਗਿਆ ਸਾਡੇ ਅਸੀਂ ਕਦੀ ਨਹੀਂ ਮੁੜ ਕੇ ਸੋਚਿਆ ਫਿਰ ਟਾਈਮ ਸਾਡੇ ਤੇ ਆਏਗਾ ਉਹ ਟਾਈਮ ਸਾਡੇ ਤੇ ਆ ਕੀ ਮੁੜ ਕੇ ਆ ਗਿਆ ਹਾਂਜੀ ਭਾਈ ਨੂੰ 10 ਵਜੇ ਤੇ ਬਚਾਅ ਹੋ ਗਿਆ ਇਹ ਵਿਚਾਰੇ ਉੱਥੇ ਅੜ ਗਏ ਜਿਨ੍ਹਾਂ ਨੂੰ ਹੁਣ ਲੈ ਕੇ ਆਏ ਆ ਇੱਕ ਤਰਾਸ ਦੀ ਇਹ ਆ ਹੁਣ ਉੱਥੇ ਪਹਾੜ ਪਏ ਜਿਹੜੇ ਤੁਸੀਂ ਦੇ ਵਿੱਚ ਉਹ ਢੇਰੀ ਲੱਗਣੀ ਰੇਤਾ ਦੀ ਇਸ ਸਰਕਾਰ ਨੇ ਫਿਰ ਉਹੀ ਰੇਤਾ ਦੀ ਢੇਰੀ ਚੁੱਕ ਕੇ ਤੇ ਤੁਸੀਂ ਦਾ ਬੰਨ ਬਣਾ ਦੇਣਾ ਜਦੋਂ ਨੂੰ ਫਿਰ ਕਦੀ ਪਾਣੀ ਆਉਣਾ ਵਾ ਉਹ ਰੇਤ ਜਿਹੜੀ ਰੇਤ ਹੁੰਦੀ ਆ
थले पानी रिसके फिर दोबारा लीक हो जो अं कल देखे अखा के नाल हालात परसों तो थले थले सुम पेंदे आ रेता की जड़ी मतलब कोई पकिया ही नहीं गी सुम पै के तो मुड़ के खार लग जाती है। कोई सरकार पक्का प्रबंध करे द्वार करे जे ढंग की पक्की मिट्टी पावे जेडे लोग बार बार रोनो बचन। जे आप गल करिए फिर मैं पूछना चाहूँ कि पिछे तो समान भी होगा ना घर सारा कुछ छे बजे तो लैके पानी इदा बदया रात कि अंदर च पानी कि पैर रख जगह हटे पैर का बड़ा माड़ा हाल हालात है। कोठिया से रात बर्खा कि रात कोठिया से रात गुजारी पलिया लैके सानू पता। गुरदासपुर के पिंडा की तुसी हालात देखे पुराने शाले के पिंड ने और जिथे डीसी गुरदासपुर का कहना कि क्रिटिकल हालात ने 8-10 पिंडा के 50 पिंड के करीब जड़े ने प्रभावित ने मार हेठ ने पानी की और लोग जड़े ने उतों कुछ लोग जड़े कल ही उतो इधर पलान कर गए सी। हुण तुसी पाजी कित्थों आए हो तुसी घर बार पिछे अहीं आ गए इत्थे आ गए पुराने छाले अड्डे अहीं आ गए घर पर समान भी है उत्थे रह गया अदब जिदा समान रह गया अदब जिदा थोड़ा बहुत लै आंदा कभी सोचा ही ना जी ना कद नहीं सोचा दिल नूं त्रास दी है मतलब लोगों का समान भी छड आए ने घर बार छड आए ने क्योंकि जान है तो जहान है लोगों का कहना सी एक बजुर्ग महिला सी जिहड़ी कहिंदी कि 65 साल हो गए आ कि ये हालात देख दे लेकिन 88 का हड़ भी वेख्या सी लेकिन 88 वाले हालात जिहड़े ने मुड़ दोहरे वेखने पैंदे ने। कैमरा पर्सन विकी दे नाल गुरप्रीत चावला जगबनी टीवी लई गुरदासपुर। भागवत ने की हिसाब किताब करी जानी है आ तुसी आप ही देख लो तुहाडे सामने ही आ घर दा राशन 5000 रुपए केबल दा बिल 500 दा आ दूध दा खर्चा 2000 दा ठीक है उत्तो तुहाडे बाइक दी ईएमआई 3000 रुपया एक होर खर्चा खड़ा हो गया आपां नूं ना होर कादा खर्चा आ गया इनवर्टर खराब हो गया अपना पूरे 17000 दा खर्चा है। मैं बिजली वाले नाल गल कीती सी वी उहनूं ठीक कर दो ਉਹ ਕਹਿੰਦੇ ਇਹ ਨਹੀਂ ਹੋਣਾ ਇਹ ਤਾਂ ਨਵਾਂ ਹੀ ਲੈਣਾ ਪੈਣਾ ਆਪਾਂ ਨੂੰ ਲੈ ਦੱਸ ਭਾਗਵਾਨ ਨੇ ਤੂੰ ਕਮਲੀ ਹੋ ਗਈ ਹੈ ਨਾ ਇਨਵੇਟਰ ਤੂੰ ਚਟਣਾ ਉਹ ਪੰਜਾਬ 'ਚ ਤਾਂ ਬੱਤੀ ਜਾਂਦੀ ਨਹੀਂ 24 ਘੰਟੇ ਬੱਤੀ ਹੈ ਤੇ ਕੱਟ ਕੋਈ ਲੱਗਦਾ ਹੀ ਨਹੀਂ ਉੱਤੋਂ 600 ਯੂਨਿਟ ਮਾਫ ਹੈ ਟਿਪ ਤੇ ਭਲਾ ਹੋਵੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਜਿਹਦੇ ਕਰਕੇ ਇਹ ਸਾਨੂੰ ਸਹੂਲਤਾਂ ਮਿਲੀਆਂ ਨੇ ਸਹੀ ਹੈ ਪੰਜਾਬੀਓ 1 ਜੁਲਾਈ 2022 ਦਾ ਦਿਨ ਪੰਜਾਬ ਦੇ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਊ ਕਿਉਂਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਕਿ 1 ਸਾਲ ਨਿਰਵਿਘਨ ਪੂਰਾ ਹੋ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ